ਚ ਪਏ ਮਰੀਜ਼, ਪਿੱਠ ਤੇ ਪਈਆਂ ਲਾਸਾਂ, ਬਾਂਹ ਤੇ ਪਏ ਟੱਕ, ਮੁਰਦਾਬਾਦ ਦੇ ਲੱਗ ਰਹੇ ਨਾਰੇ ਅਤੇ ਗੁੱਸੇ ਵਿੱਚ ਆਏ ਲੋਕ ਪਾਇਲ ਦੇ ਨੇੜਲੇ ਪਿੰਡ ਸ਼ਾਹਪੁਰ ਦੇ ਨੇ ਅਤੇ ਇਹ ਰੋਸ ਪਿੰਡ ਦੇ ਹੀ ਸਾਬਕਾ ਕਾਂਗਰਸੀ ਸਰਪੰਚ ਅਤੇ ਇਲਾਕੇ ਦੇ ਕਾਂਗਰਸੀ ਵਿਧਾਇਕ ਖਿਲਾਫ ਕੀਤਾ ਜਾ ਰਿਹਾ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਸਾਬਕਾ ਸਰਪੰਚ ਵੱਲੋਂ ਆਪਣੇ 50 ਦੇ ਕਰੀਬ ਗੁੰਡਿਆਂ ਨਾਲ ਮਿਲ ਕੇ ਪਿੰਡ ਵਾਸੀਆਂ ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਵਜ੍ਹਾ ਸੀ ਪਿੰਡ ਵਿੱਚ ਪਾਣੀ ਵਾਲੀ ਨਵੀਂ ਪਾਈਪ ਲਾਈਨ ਵਿਛਾਉਣ ਦਾ। ਸਾਡਾ ਮੈਂ ਦਮਨ ਵਿੱਚ ਝਗੜਾ ਹੋਇਆ, ਮੈਂ ਮੁੱਖ ਸੀਗੇ ਅਤੇ ਵਿਰੋਧੀ ਦਲ ਜਿਹੜੀ ਕਾਂਗਰਸ ਦਾ ਸਾਬਕਾ ਸਰਪੰਚ ਕਰਮੀਰ ਸਿੰਘ ਲੜਦਾ, ਉਹਦਾ ਕਾਫੀ ਬੰਦੇ ਸੀ, ਉਹਦੇ ਨਾਲ ਪਰਸੋਂ ਕਾਫੀ ਹਲਚਲ ਹੋਈ, ਹੱਥੋਂ ਵੀ ਹੋਏ, ਚਲੋ ਮੋਟਰਸਾਈਕਲ ਟਕਰਾਅ ਘੱਟ ਗਿਆ। ਅੱਜ ਫਿਰ ਸੜਕ ਦੇ ਲਵੇ ਲੁੱਕ ਪੈ ਰਹੀ ਸੀ, ਅੱਜ ਇਹਨਾਂ ਨੇ ਫਿਰ ਜਦ ਲੁੱਕ ਪੈਣ ਲੱਗੀ ਨੇੜੇ ਆਏ ਤਾਂ ਪੈਪ ਪੱਟਣ ਲੱਗੇ। ਅਸੀਂ ਦੋ ਚਾਰ ਜਣੇ ਨਾ ਸਮਝਾਉਣ ਚਲੇ ਗਏ ਵੀ ਕਿਉਂ ਪੜਦੇ ਹੋ, ਰਹਿਣ ਦੋ। ਇਹਨਾਂ ਲੈਂਦੇ ਨੇ ਸਾਨੂੰ ਢਾਲਿਆ, ਡਾਂਗਾ ਸੁੱਟਿਆ, ਤਰਪਾਨਾਂ ਜਿਹੜੀ ਮਸਲਾ ਵੀ ਸੀ ਗੁਰਮੀਤ ਕੌਰ ਰਫਲ ਵੀ ਕਹਿੰਦਾ ਗੋਲੀਆਂ ਮਾਰ ਦੋ ਸਮਾਜ ਦੇ, ਖਤਮ ਕਰੋ ਇਹਨਾਂ ਕੰਮ। ਗੁਰਮੀਤ ਸਿੰਘ ਸਾਬਕਾ ਸਰਪੰਚ, ਉਹਦਾ ਲੜਕਾ ਸਾਬਕਾ ਸਰਪੰਚ, ਅਮਨਦੀਪ ਸਿੰਘ ਵਿੱਕੀ ਵਿੱਕੀ ਬਹੁਤ ਜਾਣੇ ਸੀ, ਜਾਣੀ 70-80 ਜਾਣੇ ਹੋਣਗੇ, 50 ਮੁੰਡੇ ਬਾਹਰੋਂ ਸੀ ਟੋਟਲ, ਜਾਣੀ ਅਸੀਂ ਪਹਿਲਾਂ 3 ਜਾਣੇ ਦੀ, ਫਿਰ ਇੱਕ ਮੁੰਡਾ ਹਰਜੋਤ ਮਗਰ ਆ ਗਿਆ, ਉਹ ਵੀ ਢਾਲਿਆ, ਉਹ ਸਕੂਲ 'ਚ ਵੜ ਕੇ ਉਹਨੇ ਜਾਨ ਬਚਾਈ ਆ। ਜਾਣੀ ਪੂਰੀ ਦਹਿਸ਼ਤ ਫੈਲਾਈ ਹੋਈ ਆ, ਗੁੰਡਾਗਰਦੀ ਦਾ ਰਾਜ ਚੱਲਦਾ ਪੂਰਾ, ਸਰਕਾਰ ਦੀ ਸਹਿਤ ਚੱਲਦਾ ਜੋ ਕੁਛ ਹੁੰਦਾ, ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ, 3 ਦਰਖਾਸਤਾਂ ਦੇ ਚੁੱਕੇ ਆ, 2 ਪਹਿਲਾਂ ਦੇ ਦਿੱਤੀਆਂ, 3 ਅੱਜ ਹੋ ਗਈ, ਕੋਈ ਕਾਰਵਾਈ ਨਹੀਂ ਹੋਈ, ਪੁਲਿਸ ਜਾਂਦੀ ਆ ਜਾ ਕੇ ਮੁੜੇ ਆਉਂਦੀ, ਹੁਣ ਦਰਸ਼ਕ ਬਣੀ ਗਈ, ਕੁਛ ਨਹੀਂ ਕਰ ਰਹੀ, ਅੱਜ ਵੀ ਉਹ 50 ਮੁੰਡੇ ਅੰਦਰ ਬੈਠੇ ਸੀ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰੀ, ਹੁਣ ਫਿਰ ਦੀਆਂ ਗੱਡੀਆਂ ਵੀ ਖੜੀਆਂ ਸੀ। ਸੱਤਾ ਦਾ ਨਸ਼ਾ ਲੋਕਾਂ ਦੇ ਸਿਰ ਚੜ੍ਹ ਕੇ ਜਦੋਂ ਬੋਲਦਾ ਹੈ ਤਾਂ ਆਪਣੇ ਵਿਰੋਧੀਆਂ ਤੇ ਜੁਰਮ ਦੇ ਸਾਰੇ ਰਿਕਾਰਡ ਤੋੜ ਦਿੰਦੇ ਨੇ। ਪਿੰਡ ਵਾਸੀਆਂ ਅਨੁਸਾਰ ਪਿੰਡ ਵਿੱਚ ਬਣ ਰਹੀ ਸੜਕ ਰੁਕਵਾ ਕੇ ਪਾਣੀ ਵਾਲੀ ਪਾਈਪ ਲਾਈਨ ਵਿਛਾਉਣ ਦੀ ਸਜ਼ਾ ਕਾਂਗਰਸੀ ਵਿਧਾਇਕ ਦੀ ਸ਼ਹਿ ਤੇ ਸਾਬਕਾ ਸਰਪੰਚ ਵੱਲੋਂ ਦਿੱਤੀ ਗਈ। ਜਿੱਦਣ ਸੜਕ ਬਣ ਗਈ ਉੱਦਣ ਫਿਰ ਅਸੀਂ ਉਹਨਾਂ ਨੇ ਪੱਟਣ ਨਹੀਂ ਦੇਣੀ, ਉਹ ਪੱਥਰ ਪਾਇਆ ਹੋਇਆ ਸੀਗਾ, ਪੱਥਰ 'ਤੇ ਅਸੀਂ ਪੱਟ ਕੇ ਪੈਪ ਪਵਾ ਤੇ ਪੰਚਾਇਤ ਨੇ ਸਾਰੀ ਨੇ, ਅਤੇ ਪੈਪ ਪਾਉਣ ਤੋਂ ਬਾਅਦ ਇਹਨਾਂ ਨੇ ਸਾਡਾ ਪਹਿਲਾਂ ਤਾਂ ਟਰੈਕਟਰ ਲਿਆਂਦਾ, ਟਰੈਕਟਰ ਭੰਨ ਤਾ, ਫਿਰ ਅਸੀਂ ਪ੍ਰਸ਼ਾਸਨ ਨੂੰ ਆ ਕੇ ਕੱਲ੍ਹ ਸ਼ਾਮ ਨੂੰ ਐਪਲੀਕੇਸ਼ਨ ਦੇ ਕੇ ਗਏ ਵੀ ਸਾਡੇ ਖਿਲਾਫ ਇਹਨਾਂ ਦੇ ਖਿਲਾਫ ਬਣ ਦੀ ਕਾਰਵਾਈ ਕਰੋ ਜੀ, ਕਿਸੇ ਨੇ ਕੋਈ ਕਾਰਵਾਈ ਨਹੀਂ ਕਰੀ, ਕਿਸੇ ਨੂੰ ਫੜਿਆ ਨਹੀਂ ਇਹਨਾਂ ਨੇ, ਕਿਸੇ ਨੂੰ ਰੋਕਿਆ ਜੀ, ਇੰਨਾ ਜ਼ਰੂਰ ਤੋਂ ਪੁਲਿਸ ਵਾਲੇ ਜਾ ਕੇ ਇਹ ਕਿਹਾ ਵੀ ਤੁਸੀਂ ਪੈਪ ਸੇੜਨਾ ਨਹੀਂ ਕਰ, ਜਿਵੇਂ ਪੈ ਗਿਆ ਇਹਨੂੰ ਐਵੇਂ ਰਹਿਣ ਦਿਓ। ਉਹਨਾਂ ਨੇ ਅੱਜ ਸਵੇਰੇ ਹੀ, ਅਸੀਂ ਆਪੋ ਆਪਣੇ ਕੰਮਾਂ 'ਤੇ ਚਲੇ ਗਏ 10 ਵਜੇ, ਅਤੇ ਪੈਪ ਪੱਟ ਕੇ ਉਹਨਾਂ ਵਿੱਚੋਂ ਪੈਪ ਪੱਟ ਕੇ ਖਿਲਾਰ ਦੇ ਸਾਰੇ, ਸਾਬਕਾ ਸਰਪੰਚ ਸੀਗਾ ਅਮਨਦੀਪ, ਅਤੇ ਉਹਦਾ ਪੁੱਤ ਆਪਣੇ ਉਹਦਾ ਭਤੀਜਾ ਸੀਗਾ ਇੱਕ ਤਾਂ ਕੀ ਰਿੱਕੀ, ਉਹ ਚਲਿਆ ਗਿਆ, ਇੱਕ ਕਾਲਾ ਉਹਦਾ ਪਿਓ ਪੰਚ ਆ ਮੌਜੂਦਾ, ਕਿਹੜੀ ਪਾਰਟੀ ਦਾ? ਉਹ ਕਾਂਗਰਸ ਨਾਲ ਪਾਰਟੀ ਦਾ ਸੰਬੰਧ ਰੱਖਦੇ ਨੇ, ਇਹਨਾਂ ਦੀ ਪੂਰੀ ਮਿਲੀ ਥੋੜ੍ਹੀ ਸਰਕਾਰੀ ਹਸਪਤਾਲ ਦੇ ਡਾਕਟਰ ਵੱਲੋਂ ਜ਼ਖਮੀਆਂ ਦੀ ਮੈਡੀਕਲ ਰਿਪੋਰਟ ਪੁਲਿਸ ਕੋਲ ਭੇਜ ਦਿੱਤੀ ਗਈ ਹੈ। ਉਹਨਾਂ ਨੂੰ ਆਨਲਾਈਨ ਕਰਨ ਵਾਸਤੇ ਥੋੜ੍ਹਾ ਟਾਈਮ ਲੱਗਦਾ ਹੈਗਾ, ਉਸ ਕਾਰਵਾਈ ਵਿੱਚ ਸਾਡਾ ਸਟਾਫ ਜਿਹੜਾ ਉਹ ਲੇਬਰ ਵਿੱਚ ਬਿਜ਼ੀ ਸੀਗਾ, ਉਹ ਭੇਜ ਦਿੱਤੇ ਗਏ ਸੀ, ਉਹਨੇ ਤਾਂ ਸੁਣੀ ਖੁੱਲ੍ਹੇ ਪਹਿਲਾਂ ਸਾਡੇ ਭੇਜੀਆਂ ਨੇ ਆਨਲਾਈਨ ਸਾਡੀਆਂ ਕੱਲ੍ਹ ਹੋ ਗਈਆਂ, ਕਿਉਂਕਿ ਸਾਡੇ ਕੋਲ ਕੰਪਿਊਟਰ ਪ੍ਰਿੰਟਰ ਨਹੀਂ ਆਇਆ ਸੀ, ਉਹ ਕੱਲ੍ਹ ਸਵੇਰੇ ਆਇਆ, ਤਾਂ ਉਹ ਕੱਲ੍ਹ ਆਨਲਾਈਨ। ਪਿੰਡ ਵਾਸੀਆਂ ਮੁਤਾਬਕ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰਨ ਤੋਂ ਭੱਜ ਰਹੀ ਹੈ, ਸ਼ਿਕਾਇਤ ਲਿਖਵਾਉਣ ਮਗਰੋਂ ਵੀ ਪੁਲਿਸ ਪਿੰਡ ਵਾਸੀਆਂ ਦਾ ਕੋਈ ਵੀ ਹੱਥ ਪੱਲਾ ਨਹੀਂ ਫੜ ਰਹੀ। ਕਾਂਗਰਸ ਦੀ ਇਸ ਧੱਕੇਸ਼ਾਹੀ ਖਿਲਾਫ ਪਿੰਡ ਵਾਸੀਆਂ ਵਿੱਚ ਰੋਸ ਲਗਾਤਾਰ ਵੱਧਦਾ ਜਾ ਰਿਹਾ, ਜਿਸ ਦਾ ਹੱਲ ਕੱਢਣਾ ਬਹੁਤ ਜ਼ਰੂਰੀ ਹੈ। ਪਾਇਲ ਤੋਂ ਸੰਜੀਵ ਲਹਿਲ ਨਾਲ ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।